ਹੈਲੋ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਆ? ਸਵਾਗਤ ਆ ਸਾਡੇ ਯੂਟਿਊਬ ਚੈਨਲ 'ਤੇ, ਜਿਹਦਾ ਨਾਮ ਆ ਸਿਮਰਨ ਲਖਨਪਾਲ। ਅਤੇ ਸੁਬਾਹ ਦੇ ਅਸੀਂ 3 ਵਜੇ ਦੇ ਉੱਠੇ ਹਾਂ ਅਤੇ ਚੱਲੇ ਹਾਂ ਘਰ। ਨੀਂਦ ਨਹੀਂ ਨਾ ਪੂਰੀ ਹੋਈ, ਹੈ ਨਾ? ਅਤੇ ਬਸ ਪੈਕਿੰਗ ਪੂਕਿੰਗ ਹੋ ਗਈ ਆ ਸਾਡੀ, ਚੱਲੇ ਹਾਂ, ਮਿਲਦੇ ਹਾਂ ਆਪਾਂ ਗੱਡੀ 'ਚ ਰਾਸਤੇ 'ਚ। ਵਾਹਿਗੁਰੂ ਵਾਹਿਗੁਰੂ ਮਾਤਾ ਬਖਸ਼ੀ। ਲਓ ਜੀ, ਚੂਰੂ ਆ ਕੇ ਖੜ ਕੇ ਆਪਾਂ ਸੁਬਾਹ ਤੁਰੇ ਸੀਗੇ, 4:30 ਤੁਰੇ ਸੀ ਅਸੀਂ, ਅਤੇ ਹੁਣ ਖੜ੍ਹੇ ਹਾਂ, ਚਾਹ ਚੂ ਪੀਂਦੇ ਹਾਂ। ਚਾਹ ਪੀ ਕੇ ਹੋ ਗਏ ਅਸੀਂ ਰੈਡੀ, ਹੁਣ ਅਸੀਂ ਗਾਂਹ ਜਾ ਕੇ ਕਰਾਂਗੇ ਬ੍ਰੇਕਫਾਸਟ, ਅੱਗੇ ਜਾ ਕੇ ਕਰਾਂਗੇ ਅਸੀਂ ਬ੍ਰੇਕਫਾਸਟ। ਮੇਰਾ ਮਾਸਕ ਆਪਣਾ ਤਾਂ ਨਹੀਂ ਰਹਿ ਗਿਆ ਸ਼ੋਰ? ਜਾਂਦੇ ਹਾਂ ਬਸ। Continue on National Highway 52 for 6 kilometers. ਲਓ ਜੀ, ਪਹੁੰਚ ਗਏ ਆਪਾਂ ਢਾਬੇ 'ਤੇ, ਕਰਦੇ ਹਾਂ ਬ੍ਰੇਕਫਾਸਟ ਅਤੇ ਮਿਲਦੇ ਹਾਂ ਫਿਰ ਆਪਾਂ। ਫਿਰ ਰਾਸਤੇ ਦੇ ਵਿੱਚ ਭੁੱਖ ਬਹੁਤ ਜ਼ਿਆਦਾ ਲੱਗੀ ਵੀ ਹੈ ਅਤੇ ਠੰਡ ਬਹੁਤ ਹੈ ਇੱਥੇ। ਕਿੱਧਰ ਕੀ ਖਾਣਾ? ਹੱਕਾ ਨੂਡਲ ਹੈ ਹੀ ਨਹੀਂ, ਪਰੌਂਠੇ ਖਾ ਲਈ ਬਸ। ਗਲਾ ਖਰਾਬ ਹੋ ਗਿਆ ਮੇਰਾ ਵੀ, ਬਹੁਤ ਜ਼ਿਆਦਾ ਠੰਡ ਪਈ ਜਾਂਦੀ ਹੈ ਇੱਥੇ। ਇੱਥੇ ਦਵਾਈ ਦਵੂਈ ਲੈਂਦੇ ਹਾਂ, ਫਿਰ ਵੇਖਦੇ ਹਾਂ ਕੀ ਹੁੰਦਾ, ਬਿਮਾਰ ਹੋ ਕੇ ਬਹੁਤ ਜ਼ਿਆਦਾ। ਪਰੌਂਠੇ ਬਣੀ ਜਾਂਦੇ ਆਪਣੇ, ਬਸ ਫਿਰ ਖਾ ਕੇ ਮਿਲਦੇ ਹਾਂ। ਪਰ ਰਾਹ ਦੇ ਵਿੱਚ ਸਾਨੂੰ ਤੁਰਿਆ, ਅਸੀਂ ਤੁਰੇ ਸੀਗੇ 4:30, 5 ਵਜੇ ਦੇ ਕਰੀਬ ਤੁਰੇ ਸੀ ਸ਼ਾਇਦ, ਅਤੇ ਹੁਣ 10:30 ਹੋ ਗਏ ਆ। ਪਹਿਲਾਂ ਚਾਹ ਪੀਤੀ ਸੀ, ਹੁਣ ਖਾਣਾ ਖਾਂਦੇ। ਕਰ ਲਿਆ ਅਸੀਂ ਬ੍ਰੇਕਫਾਸਟ, ਚੱਲੇ ਹੁਣ ਘਰਾਂ ਨੂੰ। ਤੂੰ ਰੋਟੀ ਵੀ ਖਾ ਲਿਆ ਕਰ, ਤੂੰ ਹੁਣ ਸਿੱਧਾ ਜਾਣਾ ਘਰੇ, ਹੁਣ ਨਹੀਂ ਰੁਕਣਾ ਕਿਤੇ ਵੀ ਅਸੀਂ, ਹੈ ਨਾ ਜੋਤ? ਮਾਸਕ ਲਾ ਲਾ, ਹੋਰ ਕਿਤੇ ਮੇਰਾ ਕਿੱਥੇ ਆ? ਕਿੱਥੇ ਆ ਗਏ ਆਪਾਂ? ਸਾਨੂੰ 9-10 ਘੰਟੇ ਲੱਗ ਗਏ ਬਠਿੰਡੇ ਪਹੁੰਚਦੇ ਨੂੰ, ਹਜੇ ਵੀ ਪਰ ਬਠਿੰਡਾ ਆਇਆ ਨੀ, ਥੱਕ ਗਏ ਪੂਰੇ। ਅਸੀਂ ਆ ਗਏ ਬਠਿੰਡੇ ਤੇ ਹੁਣ ਅਸੀਂ ਚੱਲੇ ਹਾਂ ਕੋਟਕਪੂਰੇ, ਆ ਗਈਆਂ ਝੀਲਾਂ। Oh my god.
ਹਾਂਜੀ ਫਾਈਨਲੀ ਆ ਗਏ ਅਸੀਂ ਘਰੇ, ਸਾਡਾ 10-11 ਘੰਟਿਆਂ ਦਾ ਸਫ਼ਰ ਸੀਗਾ, ਬਸ ਅਸੀਂ ਕੱਢਿਆ ਸੀ ਅਤੇ ਬਹੁਤ ਜ਼ਿਆਦਾ ਥੱਕੇ ਵੇ ਹਾਂ, ਅਤੇ ਕੱਲ੍ਹ ਨੂੰ ਵਲੋਗ ਪਾਵਾਂਗੇ ਅਸੀਂ ਇੱਕ ਹੋਰ, ਹੁਣ ਡੇਲੀ ਰੂਟੀਨ ਦੇ ਵਲੋਗ ਪਾਇਆ ਕਰਾਂਗੇ, ਅਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਅਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ, ਸਾਰਿਆਂ ਦਾ ਧੰਨਵਾਦ।